ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਪਣੇ YouTube ਚੈਨਲ ਦੇ ਉੱਪਰ। ਸੋ ਅੱਜ ਲੈ ਕੇ ਆਇਆ ਜੀ ਪੱਗ ਦੀ ਵੀਡੀਓ, ਤੁਸੀਂ ਥੰਬਨੇਲ ਦੇਖ ਹੀ ਲਿਆ, ਤੁਹਾਨੂੰ ਪਤਾ ਲੱਗ ਗਿਆ ਜੀ। ਅਤੇ ਸਟਾਰਟਿੰਗ ਆਪਾਂ ਬੇਸ ਤੋਂ ਕਰਦੇ ਹਾਂ ਜੀ, ਆਪਣੇ ਕੇਸਾਂ ਨੂੰ ਦੋਨਾਂ ਸਾਈਡਾਂ ਦੇ ਆਲੇ ਦੁਆਲੇ ਆਪਾਂ ਰੋਲ ਕਰਕੇ। ਸੋ ਜਿਹੜੇ ਵੀਰਾਂ ਦੇ ਕੇਸ ਛੋਟੇ ਨੇ ਜੀ, ਅੱਗੇ ਤੱਕ ਨਹੀਂ ਆਉਂਦੇ, ਤਾਂ ਉਹ ਬੈਕ ਸਾਈਡ 'ਤੇ ਹੀ ਸਟੈਪ ਕਰਕੇ ਆਪਣੇ ਕੇਸਾਂ ਨੂੰ ਅਰੇਂਜ ਕਰ ਲੈਣਾ। ਜਿਹੜੇ ਵੀਰਾਂ ਦੇ ਕੇਸ ਲੰਬੇ ਆ ਅਤੇ ਭਾਰੀ ਆ, ਵਾਰ ਵਾਰ ਕਹਿਣਾ ਜੀ, ਜਿਹੜੇ ਵੀਰਾਂ ਦੇ ਕੇਸ ਲੰਬੇ ਅਤੇ ਭਾਰੀ ਨੇ, ਬੇਸ ਦੇ ਵਿੱਚ ਡਿਫੀਕਲਟੀ ਆਉਂਦੀ ਆ, ਤਾਂ ਇਹ ਤਰੀਕਾ ਯੂਜ਼ ਕਰੋ। ਅਤੇ ਬਹੁਤ ਵੀਰ ਕਹਿੰਦੇ ਆ ਕਿ ਬੇਸ ਨਹੀਂ ਸਮਝ ਆ ਰਿਹਾ ਨਾ, ਕੇਸ ਨਹੀਂ ਖੜ੍ਹਦੇ। ਸੋ ਇਹ ਤਰੀਕਾ ਤੁਸੀਂ ਯੂਜ਼ ਕਰੋ। ਅਤੇ ਉੱਪਰਲੇ ਪਾਸੇ ਜਿਹੜਾ ਤੁਸੀਂ ਕੱਪੜੇ ਨਾਲ ਆਪਣੇ ਕੇਸ ਢੱਕਣੇ ਨੇ, ਕੇਸਾਂ ਨੂੰ ਇੱਕ ਗ੍ਰਿਪ ਬਣਾਉਣਾ ਹੈ ਨਾ, ਉਹ ਮੈਂ ਇੱਕ ਛੋਟਾ ਪਟਕਾ ਯੂਜ਼ ਕੀਤਾ, ਅੱਧਾ ਮੀਟਰ ਤੋਂ ਪੌਣਾ ਮੀਟਰ, 1 ਮੀਟਰ ਤੱਕ ਤੁਸੀਂ ਇਹਦੀ ਲੈਂਥ ਲੈ ਸਕਦੇ ਹੋ। ਕਹਿਣ ਤੋਂ ਬਾਅਦ ਤੁਹਾਡੇ ਜਿਹੜਾ ਤੁਹਾਡਾ ਸਿਰ ਆ ਉਹਦੇ ਆਲੇ ਦੁਆਲੇ ਇੱਕ ਲੜ, ਇੱਕ ਇਹਦਾ ਗੇੜ ਪੱਗ ਵਾਂਗੂ ਆਉਣਾ ਚਾਹੀਦਾ, ਉਸ ਅਕੋਰਡਿੰਗ ਤੁਸੀਂ ਜਿਹੜਾ ਇੱਕ ਪਟਕਾ ਲੈ ਲੈਣਾ। ਤੋ ਇਹ ਜਿਹੜਾ ਪਟਕਾ, ਇਹ ਆਪਾਂ ਨੂੰ ਜਿਹੜਾ ਆਪਾਂ ਬੇਸ ਬੰਨਣਾ ਉਹਦੇ ਲਈ ਹੈਲਪ ਕਰੂਗਾ। ਵੈਸੇ ਤਾਂ ਛੋਟੇ ਕੱਪੜੇ ਨਾਲ ਵੀ ਸਰ ਜਾਂਦਾ ਹੁੰਦਾ, ਅਤੇ ਬਟ ਆਪਾਂ ਇਹਦੇ ਵਿੱਚ ਪੱਗ ਦੇ ਵਿੱਚ ਜਿਹੜੀ ਉਹਦੀ ਸ਼ੇਪ ਆ ਫੁੱਲਵੀਂ ਕਰਨ ਲਈ, ਅਤੇ ਦੂਸਰਾ ਜਿਹੜੇ ਵੀਰਾਂ ਦੀ ਸ਼ੇਪ ਨਹੀਂ ਬਣਦੀ, ਅਤੇ ਦੂਸਰਾ ਜਿਹੜੇ ਵੀਰਾਂ ਨੂੰ ਪੱਗ ਘੱਟ ਬੰਨਣੀ ਆਉਂਦੀ ਆ। ਸੋ ਆਪਾਂ ਬੇਸ ਇੱਦਾਂ ਦਾ ਯੂਜ਼ ਕੀਤਾ ਕਿ ਆਟੋਮੈਟਿਕਲੀ ਬਸ ਉਹ ਅਗਰ ਸਿੰਪਲ ਲੜ ਵੀ ਲਾਉਂਦੇ ਆ ਤਾਂ ਉਹਨਾਂ ਦੀ ਪੱਗ ਦੀ ਸ਼ੇਪ ਸੋਹਣੀ ਬਣ ਸਕੇ। ਸੋ ਚਾਹੇ ਤੁਸੀਂ ਫੁੱਲ ਵੈਲ ਬੰਨਦੇ ਹੋ, ਰੂਬੀਆ ਕੱਪੜਾ ਬੰਨਦੇ ਹੋ, ਬੰਨਣ ਦਾ ਤਰੀਕਾ ਸੇਮ ਰਹੂਗਾ, ਬੇਸ ਵੀ ਸੇਮ ਰਹੂਗਾ। ਹਾਂ, ਰੂਬੀ ਵਾਲੇ ਵੀਰਾਂ ਦੀ ਅਗਰ ਸ਼ੇਪ ਜ਼ਿਆਦਾ ਉਹਨਾਂ ਨੂੰ ਵੱਡੀ ਲੱਗੀ, ਕਿਉਂਕਿ ਇੱਕ ਕੱਪੜਾ ਭਾਰੀ ਹੁੰਦਾ, ਇੱਕ ਆਪਾਂ ਐਕਸਟਰਾ ਬੇਸ ਯੂਜ਼ ਕਰਦੇ ਹਾਂ, ਤਾਂ ਜਿਹੜਾ ਬੇਸ ਦਾ ਕੱਪੜਾ ਤੁਸੀਂ ਘਟਾਵ ਦਾ ਆਪਦੀ ਚਿਹਰੇ ਦੇ ਅਕੋਰਡਿੰਗ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਸੀਂ ਘਟਾ ਵਧਾ ਸਕਦੇ ਹੋ। ਸੋ ਇਹ ਜਿਹੜਾ ਮੈਂ ਸਾਈਡ 'ਤੇ ਇੱਕ ਕੱਪੜਾ ਰੱਖਿਆ, ਇਹ ਇੱਕ ਰੁਮਾਲ ਆ, ਇੱਕ ਨੋਰਮਲ ਸਾਈਜ਼ ਦਾ ਜਿਹੜਾ ਰੁਮਾਲ ਹੁੰਦਾ, ਮੈਂ ਕੰਨ ਦੇ ਉੱਪਰ ਰੱਖਿਆ ਅਤੇ ਆਪਣੀ ਜਿਹੜੀ ਅੱਖ ਆ ਬਿਲਕੁਲ ਉਹਦੇ ਬਰਾਬਰੋਂ ਰੱਖਿਆ, ਅਤੇ ਪਰਨੇ ਸੋਰੀ ਪਟਕੇ ਨੂੰ ਉੱਪਰੋਂ ਦੀ ਮੈਂ ਮੋੜ ਲਿਆ ਪੱਗ ਵਾਂਗੂ। ਅਤੇ ਫਿਰ ਦੂਸਰਾ ਜਿਹੜਾ ਆਪਣਾ ਕੰਨ ਆ ਉਹਦੇ ਬਿਲਕੁਲ ਉੱਪਰ ਵਾਲੀ ਅੱਖ ਦੇ ਬਰਾਬਰੋਂ ਦੀ ਮੈਂ ਦੂਸਰਾ ਰੁਮਾਲ ਰੱਖ ਲਿਆ। ਸੋ ਜਿਹੜਾ ਤਾਂ ਮੈਂ ਆਪਣਾ ਰੁਮਾਲ ਰੱਖਿਆ ਸੱਜੇ ਪਾਸੇ, ਉਹ ਸੀਗਾ ਥੋੜ੍ਹਾ ਜਿਹਾ ਹਲਕੇ ਕੱਪੜੇ ਦਾ, ਕਿਉਂਕਿ ਉਸ ਸਾਈਡ ਆਪਾਂ ਨੂੰ ਜ਼ਿਆਦਾ ਬੇਸ ਦੀ ਜ਼ਰੂਰਤ ਨਹੀਂ ਹੁੰਦੀ, ਅਤੇ ਲੈਫਟ ਸਾਈਡ ਜਿੱਧਰ ਆਪਣੇ ਬਲ ਪਾਉਂਦੇ ਹਾਂ ਉੱਧਰ ਆਪਾਂ ਨੂੰ ਹੁੰਦਾ ਕਿ ਫੁੱਲਵੀਂ ਜ਼ਿਆਦਾ ਪੱਗ ਆਵੇ, ਤਾਂ ਇੱਧਰ ਜਿਹੜਾ ਰੁਮਾਲ ਰੱਖਿਆ ਇਹ ਥੋੜ੍ਹਾ ਇਹਦਾ ਕੱਪੜਾ ਮੋਟਾ। ਸੋ ਫਰੰਟ ਤੋਂ ਦੇਖਣ ਨੂੰ ਸਾਈਜ਼ ਦਾ ਵੀ ਆਪਾਂ ਨੂੰ ਬੇਸ ਦੇ ਪਟਕੇ ਦੇ ਉੱਤੋਂ ਹੀ ਪਤਾ ਲੱਗ ਜਾਂਦਾ। ਸੋ ਹੁਣ ਤੁਸੀਂ ਇੱਕ ਚੀਜ਼ ਦੇਖੋ, ਬੇਸ ਦੇ ਬਿਲਕੁਲ ਸਾਹਮਣੋਂ ਜਿੱਥੋਂ ਹੱਥਾਂ ਦੀ ਮੇਰੀ ਪੋਜੀਸ਼ਨ ਹੈ, ਦੇਖੋ ਇਸ ਸਾਈਡ ਤੋਂ ਆਪਣੀ ਜਿਹੜੀ ਪੱਗ ਦੀ ਫਲਾਵਟ ਆਊਗੀ ਆਊਗੀ। ਸੋ ਇਹੀ ਚੀਜ਼ ਫਰੰਟ ਲੁੱਕ ਹੁੰਦੀ ਆ ਪੱਗ ਦੀ, ਜਿਹੜੇ ਵੀਰਾਂ ਦੀ ਹੁੰਦੇ ਆ ਕਿ ਸ਼ੇਪ ਜੀ ਮਰ ਜਾਂਦੀ ਆ ਪੱਗ ਦੀ, ਜਾਂ ਸ਼ੇਪ ਬਣਦੀ ਨਹੀਂ ਹੈਗੀ, ਪੱਗ ਦੱਬ ਜਾਂਦੀ ਆ, ਜਾਂ ਜਿਹੜੇ ਜਿਨ੍ਹਾਂ ਨੇ ਅਜੇ ਸ਼ੁਰੂ ਹੀ ਕਰੀ ਆ, ਹੈ ਨਾ, ਜਾਂ ਜਿਹੜੇ ਵੀਰਾਂ ਦੀ ਕੇਸ ਹੈ ਨਹੀਂ ਕਿ ਮੋਨੇ ਵੀਰ ਨੇ ਇਹ, ਹੈ ਨਾ, ਇਹ ਆਪਣੇ ਪੱਗ ਬੰਨਣੀ ਸ਼ੁਰੂ ਕੀਤੀ ਆ ਉਹਨਾਂ ਨੇ, ਤਾਂ ਉਹਨਾਂ ਦੇ ਲਈ ਇਹ ਬੇਸ ਬਹੁਤ ਵਧੀਆ ਤਰੀਕੇ ਦਾ ਹੋਊਗਾ, ਇੱਕ ਪ੍ਰੋਪਰ ਸ਼ੇਪ ਬਣੂਗੀ ਪੱਗ ਦੀ ਇਹਦੇ ਨਾਲ। ਫਿਰ ਹੁਣ ਜਿਹੜੀ ਆਪਾਂ ਪੱਗ ਦੀ ਪੋਣੀ ਕੀਤੀ ਆ ਸਿੰਪਲ ਤਰੀਕੇ ਨਾਲ ਕੀਤੀ ਆ, ਪਾਣੀ ਲੋੜ ਅਨੁਸਾਰ ਥੋੜ੍ਹਾ ਜਿਹਾ ਲਾਇਆ, ਅਤੇ ਕੱਪੜਾ ਹੈਗਾ ਰੂਬੀਆ ਵੈਲ ਦਾ, 7.5 ਮੀਟਰ ਦੀ ਲੈਂਥ ਆ। ਸੋ ਹੁਣ ਕੀ ਕਰਨਾ, ਜਿਹੜੇ ਆਪਣੇ ਆਪਾਂ ਪੋਣੀ ਕਰਕੇ ਲੜ ਇਕੱਠਾ ਕਰਦੇ ਹੁੰਦੇ ਹਾਂ ਨਾ, ਉਹਦਾ ਹੀ ਆਪਾਂ ਜਿਹੜਾ ਲਾੜਾ ਉੱਪਰਲਾ ਲੜ ਉੱਦਾਂ ਹੀ ਰੱਖਿਆ, ਥੱਲੇ ਵਾਲੇ ਲੜ ਨੂੰ ਅੱਗੇ ਲਿਆ ਕੇ ਖੋਲ੍ਹ ਲਿਆ, ਉਹਦੇ ਵਿੱਚੋਂ ਹੀ ਆਪਾਂ 2-3 ਜਿਹੜੇ ਵਲ ਬਣਾ ਲਏ ਉਹਦੇ, ਉਹਨੂੰ ਇਕੱਠਾ ਕਰਕੇ, ਫਿਰ ਉਹਦੇ ਵਿੱਚੋਂ ਵੀ ਅਗਰ ਤੁਸੀਂ ਜ਼ਿਆਦਾ ਵਲ ਬਣਾਉਣੇ ਆ ਉਹਦੇ ਵਿੱਚੋਂ ਲੜ ਕੱਢ ਲਓ 1-2, ਹੈ ਨਾ, ਉਹਨਾਂ ਨੂੰ ਖਿੱਚ ਕੇ ਅੱਗੇ ਲਾ ਲਓ, ਅਤੇ ਜਿਹੜਾ ਉੱਪਰਲਾ ਲੜਾ ਫਿਰ ਐਂਡ 'ਤੇ ਉਹਨੂੰ ਤੁਸੀਂ ਇਕੱਠਾ ਕਰਕੇ ਉਹਦੇ ਵਲ ਬਣਾ ਲੈਣੇ ਨੇ। ਸੋ ਆਪਣੇ ਜਿੰਨਾ ਤੁਹਾਨੂੰ ਲੱਗਦਾ ਕਿ ਇੰਨੇ ਕੁ ਸਾਨੂੰ ਵਲਾਂ ਦੀ ਜ਼ਰੂਰਤ ਆ, ਜ਼ਿਆਦਾ ਵਲ ਪਾਉਣੇ ਆ, ਤਾਂ ਇੱਕ ਪੋਣੀ ਦਾ ਥੱਲੇ ਵਾਲੇ ਲੜ ਨੂੰ ਖੋਲ੍ਹ ਕੇ ਉਹਨੂੰ 2-3 ਵਾਰ ਇਕੱਠਾ ਕਰ ਲਓ, ਅਤੇ 1-2 ਲੜ ਉਹਦੇ ਵਿੱਚੋਂ ਕੱਢ ਲਓ, ਅਤੇ ਇੱਕ ਉੱਪਰ ਪੋਣੀ ਵਾਲਾ ਲੜ ਹੁੰਦਾ ਹੀ ਆ, ਠੀਕ ਆ ਜੀ। ਅਤੇ ਫਿਰ ਉਸ ਤੋਂ ਬਾਅਦ ਅਗਲਾ ਲੜ ਪਹਿਲੇ ਲੜ ਦੇ ਬਿਲਕੁਲ ਉੱਪਰ ਜਾਊਗਾ। ਲੜ ਨੂੰ ਕੀ ਕਰਨਾ, ਦੇਖੋ ਜਦੋਂ ਮੋੜਨਾ, ਜਿਹੜੀ ਆਪਣੀ ਸੱਜੀ ਅੱਖ ਆ ਉਹਦੇ ਉੱਪਰੋਂ ਦੀ ਲੜ ਨੂੰ ਫੜ ਕੇ ਦੇਖ ਸਕਦੇ ਹੋ, ਪੂਰੀ ਸੇਜ 'ਚ ਇਕੱਠਾ ਲੜ ਨੂੰ ਆਪਾਂ ਕੀਤਾ, ਉਂਗਲੀ ਅਤੇ ਅੰਗੂਠੇ ਨਾਲ ਕੀ ਕਰਨਾ ਵਾ, ਲੜ ਨੂੰ ਉੱਪਰ ਵੱਲ ਨੂੰ ਇਕੱਠਾ ਕਰਨਾ, ਪੋਣੀ ਦਾ ਜਿਹੜਾ ਉੱਪਰਲਾ ਪੱਲਾ ਹੋਊਗਾ 4-5 ਵਾਰ ਉਹ ਇਕੱਠਾ ਹੋ ਜਾਂਦਾ, ਅਤੇ ਫਿਰ ਥੱਲੇ ਵਾਲਾ ਲੜ ਆ ਜਾਂਦਾ, 3-4 ਵਾਰ ਲੜ ਉਹ ਇਕੱਠਾ ਹੋ ਜਾਂਦਾ। ਸੋ ਅਗਰ ਉੱਪਰਲਾ 5 ਵਾਰ ਬਣਿਆ, ਸਮਝ ਲਓ ਉਹਦੇ ਵਿੱਚ ਬਰੀਕ ਬਰੀਕ 5 ਪੇਜ ਬਣ ਗਏ, ਉਹ ਸਮਝ ਲਓ 5 ਵਲ ਬਣ ਗਏ ਪਤਲੇ ਪਤਲੇ, ਅਤੇ ਥੱਲੇ ਵਾਲਾ ਅਗਰ 3 ਵਾਰ ਹੋਇਆ ਤਾਂ ਉਹਦੇ ਬਰੀਕ ਬਰੀਕ 3 ਪੇਜ ਬਣ ਗਏ, ਹੈ ਨਾ। ਸੋ ਜਿਹੜੇ ਉਹ 3 ਪੇਜ ਨੇ ਉਹਨਾਂ ਦੇ ਆਪਾਂ ਵਲ ਬਣਾ ਲੈਣੇ ਨੇ। ਸੋ ਜਿੰਨੇ ਜ਼ਿਆਦਾ ਆਪਾਂ ਲੜ ਥੱਲੇ, ਅਗਰ ਹੋਰ ਜ਼ਿਆਦਾ ਚਾਹੀਦੇ ਵਿੱਚੋਂ ਲੜ ਕੱਢ ਲਾਂਗੇ ਇੱਕ,
ਸੋ ਉਹਨਾਂ ਨੂੰ ਕੀ ਕਰਨਾ, ਉਂਗਲੀਆਂ ਦੀ ਪੋਜੀਸ਼ਨ ਸਾਰੇ ਧਿਆਨ 'ਚ ਦੇਖਿਓ, ਇਕੱਲੇ ਇਕੱਲੇ ਬਲ ਨੂੰ ਅੱਗੇ ਵੱਲ ਨੂੰ ਖਿਸਕਾ ਕੇ ਹੈ ਨਾ ਇਕੱਠੇ ਕਰਕੇ ਸੰਘਣੇ ਕਰ ਲੈਣਾ। ਅਤੇ ਇੱਕ ਹੋਰ ਹੁੰਦਾ, ਜਦੋਂ ਨਾ ਆਪਾਂ ਸੂਈ ਫੇਰਦੇ ਹਾਂ, ਬਹੁਤ ਵੀਰਾਂ ਨੂੰ ਹੁੰਦਾ ਕਿ ਯਾਰ ਪੱਗ ਨਾ ਫਟ ਜਾਵੇ, ਹੈ ਨਾ, ਜਦੋਂ ਆਪਾਂ ਵਿੱਚੋਂ ਪੇਚਾ ਵਾਂਗੂ ਬਲ ਕੱਢ ਕੇ ਬਣਾਉਂਦੇ ਹਾਂ, ਲੜ ਲਾਉਂਦੇ ਹਾਂ, ਫਿਰ ਉਹਦੇ 'ਤੇ ਆਪਾਂ ਸੂਈ ਫੇਰਦੇ ਹਾਂ, ਫਿਰ ਆਪਣੀ ਪੱਗ ਆਪਾਂ ਨੂੰ ਫਟਣ ਦਾ ਡਰ ਨਹੀਂ ਹੁੰਦਾ, ਕਿਉਂਕਿ ਉਹ ਸੂਈ ਐਜ਼ ਆ ਬਾਜ਼ ਜਿਵੇਂ ਆਪਾਂ ਫੇਰਦੇ ਹਾਂ ਉਵੇਂ ਉਹਨਾਂ ਉੱਤੇ ਕੰਮ ਕਰਦੀ ਆ। ਜਦੋਂ ਇੱਕ ਲੜ ਦੀ ਆਪਾਂ ਧੱਕੇ ਜੇ ਨਾਲ ਹੀ ਬਲ ਕਾਸੀ ਖਾਹੇ ਬਣਾ ਕੇ ਲਾ ਲੈਂਦੇ ਹਾਂ, ਫਿਰ ਉਹ ਉੱਥੇ ਹੁੰਦਾ ਕਿ ਜਦੋਂ ਉੱਤੇ ਸੂਈ ਫੇਰਦੀ ਆ ਉਹ ਇਕੱਠਾ ਹੋ ਜਾਂਦਾ ਲੜ, ਅਤੇ ਪੱਗ ਫਟਣ ਦਾ ਡਰ ਹੁੰਦਾ। ਸੋ ਇਹ ਤਾਂ ਸਾਰਿਆਂ ਦੀਆਂ ਜਿਹੜੀਆਂ ਡੰਘਾਈ ਇਕੱਲੇ ਇਕੱਲੇ ਲੜਦੀ ਜ਼ਿਆਦਾ, ਜਿੰਨਾ ਇਹ 'ਤੇ ਆਪਾਂ ਸੂਈ ਫੇਰਾਂਗੇ ਜਾਂ ਤੁਸੀਂ ਪੱਗ ਪੈਂਦੇ ਨਾਲ ਇਹਨਾਂ ਨੂੰ ਬਰੀਕ ਕਰਦੇ ਹੋ, ਹੈ ਨਾ, ਹੋਰ ਸੋਹਣਾ ਬਣਾਉਂਦੇ ਹੋ, ਅਤੇ ਇਹਦੇ 'ਚ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ। ਸੋ ਇਹ ਵੀ ਗੱਲ ਦੀ ਥੋੜ੍ਹੀ ਜਿਹੀ ਗੌਰ ਰੱਖਿਓ। ਅਤੇ ਨਾਲ ਦੀ ਨਾਲ ਇਸ ਕਰਕੇ ਮੈਂ ਤੁਹਾਨੂੰ ਫੇਰ ਕੇ ਦਿਖਾਈ ਆ ਇਹ ਸੂਈ, ਕਿ ਬਾਅਦ 'ਚੋਂ ਕਈ ਵੀਰਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੋਂ ਸ਼ੁਰੂ ਕਰਨਾ। ਸੋ ਇਹਦਾ ਬੇਸਿਕ ਚੀਜ਼ ਆ, ਜਿੱਥੋਂ ਲੜ ਆਪਣੇ ਨਿਕਲਦੇ ਸਟਾਰਟ ਹੁੰਦੇ ਆ, ਜਾਂ ਆਪਣੀ ਨੱਕ ਦੀ ਸੇਧ ਤੋਂ ਜਿੱਥੋਂ ਲੜ ਆਪਾਂ ਨੂੰ ਫਰੰਟ ਤੋਂ ਦਿਖਣੇ ਸਟਾਰਟ ਹੁੰਦੇ ਆ, ਉੱਥੋਂ ਤੋਂ ਲੈ ਕੇ ਬਿਲਕੁਲ ਐਂਡ ਤੱਕ ਸਹੀ ਹੋਣੇ ਚਾਹੀਦੇ ਨੇ ਪੇਚ। ਨੱਕ ਦੀ ਸੇਧ ਤੋਂ ਉੱਪਰ ਵਾਲੇ ਪਾਸੇ ਸੱਜੇ ਪਾਸੇ ਵੱਲ ਨੂੰ ਥੋੜ੍ਹਾ ਜਿਹਾ ਅਗਰ ਕੋਈ ਪੇਚ ਢਿੱਲਾ ਵੀ ਰਹਿ ਜੂ ਕੋਈ ਚੱਕਰ ਨਹੀਂ, ਕਿਉਂਕਿ ਉੱਪਰਲੇ ਲੜਨੇ ਉਹਨੂੰ ਕਵਰ ਕਰ ਲੈਣਾ, ਬਟ ਨੱਕ ਦੀ ਸੇਧ ਤੋਂ ਅੱਗੇ ਕੋਈ ਵੀ ਆਪਣਾ ਪੇਚ ਢਿੱਲਾ ਨਹੀਂ ਚਾਹੀਦਾ। ਕੋਈ ਜਿਹੜੇ ਬਲ ਇੱਕ ਦੇ ਆਪਾਂ ਜ਼ਿਆਦਾ ਮੈਕਸੀਮਮ ਬਲ ਬਣਾਏ ਨੇ ਉਹਨਾਂ ਦੇ ਵਿੱਚ ਕੋਈ ਬਲ ਢਿੱਲਾ ਨਹੀਂ ਚਾਹੀਦਾ। ਅਗਲਾ ਲੜ ਫਿਰ ਉਸੇ ਤਰੀਕੇ ਦੇ ਨਾਲ ਪੌਣੀ ਦਾ ਦੇਖੋ, ਜਿਹੜਾ ਪਰਲਾ ਪੱਲਾ ਉਹਨੂੰ ਮੈਂ ਉਂਗਲੀ ਅਤੇ ਅੰਗੂਠੇ ਨਾਲ ਮੋੜ ਕੇ ਇਕੱਠਾ ਕਰੀ ਜਾਂਦਾ। ਹੁਣ ਉੱਪਰਲਾ ਜਿਹੜਾ ਪੱਲਾ ਹੈਗਾ ਉਹ ਪੂਰਾ ਜਿਹੜਾ ਇਕੱਠਾ ਹੋ ਗਿਆ, ਅਤੇ ਹੁਣ ਜਿਹੜਾ ਥੱਲੇ ਵਾਲਾ ਪੱਲਾ ਉਹਨੂੰ ਵੀ ਮੈਂ ਬਰਾਬਰ ਖਿੱਚ ਲਿਆ, ਅਤੇ ਇੱਕ ਉਹਦੇ ਲੜ ਵਿੱਚੋਂ ਕੱਢ ਲਿਆ ਆ। ਸੋ ਫਿਰ ਜਦੋਂ ਇੰਨਾ ਕਰ ਲਿਆ, ਫਿਰ ਉਹਨਾਂ ਸਾਰਿਆਂ ਨੂੰ ਆਪਾਂ ਸੀਕੁਐਂਸ 'ਚ ਇੱਕ ਇਕੱਠੇ ਕਰ ਲੈਣਾ। ਸੋ ਇਹ ਜਿਹੜਾ ਸੈਂਟਰ ਵਾਲਾ ਪਾਰਟ ਹੁੰਦਾ, ਇਹ ਕੋਈ ਵੀ ਆਪਾਂ ਪੱਗ ਬੰਨ੍ਹਦੇ ਹਾਂ, ਚਾਹੇ ਬਲਾਂ ਵਾਲੀ ਬੰਨ੍ਹਦੇ ਹਾਂ, ਪੇਚਾਂ ਵਾਲੀ ਬੰਨ੍ਹਦੇ ਹਾਂ, ਇੱਕ ਦੇ ਦੋ ਲੜ ਬਣਾਉਂਦੇ ਹਾਂ, ਹੈ ਨਾ, ਇਹੀ ਚੀਜ਼ ਮੇਨ ਹੁੰਦੀ ਆ, ਇੱਥੋਂ ਹੀ ਆਪਾਂ ਅੱਗੋਂ ਲੜ ਲੈ ਕੇ ਜਾਣੇ ਆ ਬਣਾ ਕੇ, ਹੈ ਨਾ। ਸੋ ਇੱਥੇ ਹੀ ਥੋੜ੍ਹੀ ਜਿਹੀ ਮਿਹਨਤ ਕਰਨ ਨੂੰ ਹੁੰਦੀ ਆ, ਅੱਗੇ ਤਾਂ ਬਸ ਆਪਾਂ ਨੂੰ ਸਿੰਪਲ ਲੜਾਂ ਨੂੰ ਖਿੱਚ ਕੇ ਜ਼ਿਆਦਾ ਸਾਫ਼ ਕਰਨਾ, ਜਾਂ ਖਿੱਚ ਕੇ ਉਹਨਾਂ ਨੂੰ ਉਹ 'ਚ ਬਲ ਪਾਉਣੇ ਆ, ਦੋ ਲੜ ਬਣਾਉਣੇ ਆ, ਸੋ ਉਹ ਅੱਗੇ ਸਟੈਪ ਜਿਹੜਾ ਸੌਖਾ ਹੁੰਦਾ। ਸੋ ਸੈਂਟਰ ਵਾਲੇ ਪਾਰਟ 'ਤੇ ਥੋੜ੍ਹੀ ਜਿਹੀ ਮਿਹਨਤ ਕਰਨ ਦੀ ਲੋੜ ਆ, ਇਹਦੇ 'ਤੇ ਹੀ ਹੱਥ ਟਿਕਾਉਣਾ ਥੋੜ੍ਹਾ ਜਿਹਾ ਮੁਸ਼ਕਲ ਆ, ਜਿਹੜੇ ਵੀਰ ਸਟਾਰਟਿੰਗ ਕਰ ਰਹੇ ਆ ਜੇ ਪੱਗ ਦੀ। ਅਤੇ ਬਾਕੀ ਜਿੰਨੇ ਜਿੰਨੇ ਆਪਾਂ ਲੜ ਨਾਲ ਦੀ ਨਾਲ ਲਾਈ ਜਾਣੇ ਆ, ਉਹਨਾਂ 'ਤੇ ਆਪਾਂ ਜਿਹੜਾ ਆਪਣਾ ਸੂਈ ਦੇ ਨਾਲ ਜਾਂ ਜਿਹੜੇ ਵੀਰ ਪੱਗ ਪਹਿਨਣਾ ਫੇਰਨਗੇ ਉਹ ਆਪਾਂ ਨਾਲ ਦੀ ਨਾਲ ਹੀ ਫੇਰਨੇ ਆ। ਜਿਵੇਂ ਪਿੱਚ ਵਾਲੀ ਪੱਗ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਬਾਜ ਆਪਾਂ ਨਾਲ ਦੀ ਨਾਲ ਹੀ ਫੇਰ ਲਓ, ਵਧੀਆ ਰਹਿੰਦਾ, ਕਿਸੇ ਲੜ ਦਾ ਗੈਪ ਘੱਟ ਵੱਧ ਹੋ ਜਾਵੇ ਆਪਾਂ ਲਾ ਕੇ ਜਦੀ ਸਹੀ ਕਰ ਸਕਦੇ ਹਾਂ। ਸੋ ਇਹ ਸੂਈ ਵਾਲਾ ਫੰਡਾ ਵੀ ਹੈ ਨਾ ਇੱਦਾਂ ਹੀ ਆ ਕਿ ਜਿਹੜੇ ਵੀਰ ਸਟਾਰਟਿੰਗ ਕਰ ਰਹੇ ਨੇ ਪੱਗ ਦੀ, ਜਾਂ ਈਵਨ ਸੋਹਣੀ ਬੰਨ੍ਹਦੇ ਵੀ ਨੇ, ਸੋ ਕਈ ਵਾਰ ਕੀ ਹੁੰਦਾ ਕਿਸੇ ਪੇਚ 'ਚ ਬਲ ਘੱਟ ਵੱਧ ਪੈ ਜਾਂਦਾ, ਪੂਰੀ ਪੱਗ ਕੰਪਲੀਟ ਹੋਈ ਅਤੇ ਆਪਾਂ ਜਦੋਂ ਸੂਈ ਨਾਲ ਬਲ ਆਪਣੇ ਸੰਘਣੇ ਕਰਦੇ ਹਾਂ, ਤੋ ਕਿਤੇ ਬਲ ਨਹੀਂ ਸਹੀ ਤਰੀਕੇ ਨਾਲ ਪਏ ਹੁੰਦੇ, ਫਿਰ ਆਪਾਂ ਨੂੰ ਉੱਥੇ ਜ਼ਿਆਦਾ ਮਿਹਨਤ ਕਰਨੀ ਪੈਂਦੀ, ਇੱਕ ਜਗ੍ਹਾ ਸੂਈ ਫੇਰੀ ਜਾਂਦੇ ਹਾਂ, ਪੱਗ ਵੀ ਫਟ ਸਕਦੀ ਆ। ਸੋ ਉਹ ਚੀਜ਼ ਨਾ ਹੋਵੇ ਅਤੇ ਐਨ ਪੂਰੇ ਵਧੀਆ ਤਰੀਕੇ ਨਾਲ ਬਲ ਪੈਣ ਸੰਘਣੇ, ਤਾਂ ਕਰਕੇ ਆਪਾਂ ਨਾਲ ਦੀ ਨਾਲ ਜਿੰਨਾ ਜਿਹੜਾ ਲੜ ਲਾਈ ਜਾਣਾ ਉਹ 'ਚ ਸੂਈ ਫੇਰੀ ਜਾਣੀ ਆ। ਅਤੇ ਅਗਰ ਆਪਾਂ ਨੂੰ ਲੱਗਦਾ ਕਿ ਕਿਤੇ ਆਪਣੇ ਲੜ ਦੇ ਵਿੱਚ ਬਲ ਨਹੀਂ ਪਏ ਹੈਗੇ, ਫਿਰ ਆਪਾਂ ਜਿਹੜਾ ਆਪਣਾ ਪੇਚ ਆ ਉਹਨੂੰ ਲਾ ਕੇ ਨਾਲ ਦੀ ਨਾਲ ਸੈੱਟ ਕਰਕੇ ਲਾ ਸਕਦੇ ਹਾਂ। ਅਤੇ ਅਗਲਾ ਲੜ ਫਿਰ ਜਿਹੜੇ ਪਹਿਲਾਂ ਲੜ ਲਾਏ ਨੇ ਉਹਨਾਂ ਦੇ ਉੱਪਰ ਲਾਵਾਂਗੇ, ਥੱਲਿਓਂ ਖਿੱਚ ਕੇ ਸਾਫ਼ ਕਰਾਂਗੇ, ਉੱਪਰਲੇ ਪਾਸਿਓਂ ਲੜ ਨੂੰ ਮੋੜ ਕੇ ਥੋੜ੍ਹਾ ਜਿਹਾ ਆਪਾਂ ਥੱਲੇ ਕਰ ਲਾਂਗੇ। ਪੱਗ ਦੀ ਜਿਹੜੀ ਸ਼ੇਪ ਆ ਆਪਾਂ ਪਟਿਆਲਾ ਸ਼ਾਹੀ ਬਣਾਉਣੀ ਆ, ਥੋੜ੍ਹੇ ਥੋੜ੍ਹੇ ਉੱਪਰੋਂ ਲੜ ਥੱਲੇ ਆਉਣਗੇ, ਮੋਟਾ ਪਾਸਾ ਉੱਪਰ ਜਾਊਗਾ ਅਤੇ ਪਤਲਾ ਥੱਲੇ, ਫਰੰਟ 'ਤੇ ਫਿਰ ਉਹੀ ਚੀਜ਼ ਜਿਹੜਾ ਉੱਪਰਲਾ ਪੌਣੀ ਦਾ ਲੜ ਹੈਗਾ ਉਹਨੂੰ ਜਿੰਨਾ ਤੁਸੀਂ ਖੋਲਿਆ, ਫਿਰ ਉਹਨੂੰ ਜਿੰਨਾ ਆਪਾਂ ਜ਼ਿਆਦਾ ਖੋਲ੍ਹ ਲੈਂਦੇ ਹਾਂ ਉਨਾ ਜ਼ਿਆਦਾ ਉਹਦੇ ਬਰੀਕ ਬਰੀਕ ਪੇਚ ਬਣ ਜਾਂਦੇ ਆ, ਜ਼ਿਆਦਾ ਇਕੱਠਾ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਇਕੱਠਾ ਹੋ ਗਿਆ ਉਵੇਂ ਉਹ ਇਕੱਠਾ ਕਰਕੇ ਅੰਗੂਠਾ ਅੱਗੇ ਤੱਕ ਲੜ 'ਚ ਫੇਰ ਦੇਣਾ, ਉਹ ਅਲੱਗ ਅਲੱਗ ਹੋ ਜੂਗਾ। ਦੂਸਰਾ ਥੱਲੇ ਵਾਲੇ ਲੜ ਨੂੰ ਵੀ ਫਿਰ ਬਲ ਪਾਉਣੇ ਸੌਖੇ ਹੋ ਜਾਂਦੇ ਆ ਉਹਨਾਂ ਨੂੰ, ਚਾਹੇ ਤੁਸੀਂ ਜਦੋਂ ਲੜ ਇੱਥੋਂ ਮੋੜਦੇ ਹੋ ਸੈਂਟਰ ਕੋਲੋਂ ਪਹਿਲਾਂ ਹੀ ਅਲੱਗ ਅਲੱਗ ਕਰ ਲਓ, ਚਾਹੇ ਉੱਪਰਲੇ ਲੜ ਨੂੰ ਮੋੜ ਕੇ ਅਤੇ ਥੱਲੇ ਵਾਲੇ ਨੂੰ ਬਾਅਦ 'ਚੋਂ ਖਿੱਚ ਕੇ ਉਹਦੇ ਬਲ ਬਣਾ ਲਓ। ਸੋ ਇਹ ਜਿਹੜਾ ਤਰੀਕਾ ਮਤਲਬ ਪੂਣੀ ਦੇ ਦੋਨਾਂ ਪੱਲਿਆਂ ਦੇ ਬਲ ਪਾਉਣ ਅਤੇ ਇੱਕ ਜਾਂ ਦੋ ਲੜ ਇਹਦੇ ਪੂਣੀ ਦੇ ਵਿੱਚੋਂ ਕੱਢ ਕੇ ਲਿਆ ਕੇ ਬਲ ਪਾਉਣ ਦਾ ਤਰੀਕਾ, ਇਹ ਇਹਨਾਂ ਲਈ ਆ
ਜਿਨ੍ਹਾਂ ਨੇ ਜ਼ਿਆਦਾ ਸੰਘਣੇ ਵਲ ਪਾਉਣੇ ਆ, ਹੁੰਦਾ ਨਾ ਕਈ ਵੀਰਾਂ ਨੂੰ ਕਿ ਹੋਰ ਜ਼ਿਆਦਾ ਵਲ ਚਾਹੀਦੇ ਆ, ਹੈ ਨਾ। ਸੋ ਇਹ ਉਹ ਤਰੀਕਾ ਇਹ ਵਾਲੇ ਸੰਘਣੇ ਵਲਾਂ ਲਈ ਆ। ਅਦਰਵਾਈਜ਼ ਜਿਹੜੇ ਬਿਲਕੁਲ ਸਿੰਪਲ ਤਰੀਕੇ ਨੇ, ਉਹ ਤੁਸੀਂ ਇਕੱਲੇ ਉੱਪਰਲੇ ਲੜਦੇ ਉਹਨੂੰ ਖਿੱਚ ਕੇ ਇਕੱਠਾ ਕਰਕੇ ਵਲ ਬਣਾ ਕੇ ਵੀ ਲਾ ਸਕਦੇ ਹੋ, ਅਤੇ ਉਹ ਬਿਲਕੁਲ ਘੱਟ ਵਲ ਹੋਣਗੇ। ਅਗਰ ਥੋੜ੍ਹੇ ਜਿਹੇ ਜ਼ਿਆਦਾ ਚਾਹੀਦੇ ਆ ਤਾਂ ਉੱਪਰਲੇ ਪੱਲੇ ਅਤੇ ਥੱਲੜੇ ਪੱਲੇ ਦੋਨਾਂ ਨੂੰ, ਅਗਰ ਬਿਲਕੁਲ ਜ਼ਿਆਦਾ ਚਾਹੀਦੇ ਆ ਫਿਰ ਥੱਲੜੇ ਉੱਪਰਲੇ ਲੜ ਦੇ ਨਾਲ ਨਾਲ ਪੌਣੀ ਦੇ ਵਿੱਚੋਂ ਇੱਕ ਜਾਂ ਦੋ ਲੜ ਜਾਂ ਤਿੰਨ ਲੜ ਲੋੜ ਮੁਤਾਬਕ ਉਹ ਵਿੱਚੋਂ ਆਪਾਂ ਕੱਢ ਕੇ ਉਹਦੇ ਵਲ ਬਣਾਉਣੇ ਆ। ਸੋ ਫਿਰ ਉਹੀ ਤਰੀਕਾ ਦੇਖੋ, ਹੁਣ ਜਿਵੇਂ ਮੇਰੇ ਸੈਂਟਰ 'ਚੋਂ ਥੋੜ੍ਹੇ ਥੋੜ੍ਹੇ ਵਲਾਂ 'ਚ ਢਿੱਲ ਲੱਗਦੀ ਆ, ਹੈ ਨਾ, ਇਹ ਵੀ ਬਹੁਤ ਵੀਰਾਂ ਦੇ ਪ੍ਰੋਬਲਮ ਹੁੰਦੀ ਆ। ਇਹਨੂੰ ਮੈਂ ਕੀ ਕੀਤਾ, ਨਾਲ ਦੀ ਨਾਲ ਹੀ ਦੇਖੋ ਉਹ 'ਤੇ ਸੂਈ ਫੇਰਤੀ, ਉਹ ਸਹੀ ਹੋ ਗਿਆ। ਬਾਅਦ ਦੇ ਵਿੱਚੋਂ ਕਈ ਵਾਰ ਕੀ ਹੁੰਦਾ, ਉਹਨੂੰ ਸਹੀ ਕਰਨ ਦੇ ਚੱਕਰ 'ਚ ਸਹੀ ਨਹੀਂ ਹੁੰਦਾ, ਮਨ ਖਿੱਚ ਜਾਂਦਾ, ਜਾਂ ਬਾਜ ਫੇਰਦੇ ਜਾਂ ਸੂਈ ਫੇਰਦੇ ਹਾਂ ਹੋਰ ਲੜ 'ਚ ਲੱਗ ਕੇ ਨਾਲ ਉਹ ਵੀ ਖਰਾਬ ਹੋ ਜਾਂਦਾ। ਸੋ ਮੌਕੇ 'ਤੇ ਹੈ ਨਾ ਕਿਤੇ ਜਾਣਾ ਹੁੰਦਾ, ਲੇਟ ਹੋ ਜਾਂਦੇ ਹਾਂ, ਪੱਗ ਨਹੀਂ ਸਹੀ ਆਉਂਦੀ, ਖਰਾਬ ਹੋ ਜਾਂਦਾ ਕੋਈ ਪੇਚ, ਹੈ ਨਾ। ਸੋ ਉਹਦੇ ਨਾਲ ਚੰਗਾ ਕਿ ਨਾਲ ਦੀ ਨਾਲ ਉਹ ਆਪਾਂ ਚੀਜ਼ ਆਪਾਂ ਰਿਪੀਟ ਹੋਣ ਹੀ ਨਾ ਦਈਏ, ਆਪਾਂ ਨੂੰ ਅੱਗੇ ਕੋਈ ਪ੍ਰੋਬਲਮ ਆਵੇ ਹੀ ਨਾ। ਇਸ ਕਰਕੇ ਆਪਾਂ ਨਾਲ ਦੀ ਨਾਲ ਹੀ ਜਿਹੜਾ ਕਿ ਬਲਾਂ ਦਾ ਕੰਮ ਉਹ ਨਿਬੇੜੀ ਜਾਂਦੇ ਹਾਂ। ਅਤੇ ਇੱਕ ਗੱਲ ਹੋਰ, ਵੀਰਾਂ ਦਾ ਡਾਊਟ ਹੁੰਦਾ ਜੀ, ਜਿਹੜੇ ਆਪਾਂ ਵੀ ਲੜ ਮੋੜਨੇ ਕਿੱਥੇ ਮੋੜਨੇ ਆ। ਸਟਾਰਟਿੰਗ 'ਚ ਦੱਸਿਆ ਸੀਗਾ ਕਿ ਜਿਹੜਾ ਆਪਾਂ ਪਹਿਲਾਂ ਲੜ ਬਲ ਪਾ ਕੇ ਲਾਇਆ ਸੱਜੀ ਅੱਖ ਦੇ ਉੱਪਰ ਲੱਗਿਆ, ਫਿਰ ਉਹ ਅਗਲਾ ਲੜ ਆਇਆ ਉਹਨੇ ਉਹਨੂੰ ਕਵਰ ਕੀਤਾ, ਉਹ ਸੱਜੀ ਅੱਖ ਤੋਂ ਥੋੜ੍ਹਾ ਜਿਹਾ ਅੱਗੇ ਨੂੰ ਹੋਇਆ, ਫਿਰ ਤੀਸਰਾ ਲੜ ਆਇਆ ਉਹਨੇ ਉਹਨੂੰ ਕਵਰ ਕੀਤਾ, ਉਹ ਥੋੜ੍ਹਾ ਜਿਹਾ ਹੋਰ ਅੱਗੇ ਆਇਆ, ਜਿਹੜਾ ਚੌਥਾ ਲੜ ਆ ਇਹਨੇ ਅੱਗੋਂ ਉਹਨੂੰ ਕਵਰ ਕਰ ਲੈਣਾ, ਇਹ ਉੱਥੇ ਆਉਣਾ। ਐਵੇਂ ਜਿਹੜੇ ਆਪਣੇ 5 ਜਾਂ 6 ਆਪਾਂ ਜਿੰਨੇ ਲੜ ਲਾਉਂਦੇ ਹੁੰਦੇ ਹਾਂ, ਐਟੋਮੈਟਿਕਲੀ ਲੜ ਇੱਕ ਦੂਜੇ ਨੂੰ ਕਵਰ ਕਰਦੇ ਕਰਦੇ ਸੱਜੀ ਅੱਖ ਤੋਂ ਬਿਲਕੁਲ ਸੈਂਟਰ ਤੱਕ ਲਾੜਾ ਬਣਾ ਜਾਂਦਾ, ਤਾਂ ਹੀ ਆਪਣੀ ਜਿਹੜੀ ਪੱਗ ਦੀ ਨੋਕ ਸੈਂਟਰ ਬਿਲਕੁਲ ਨੱਕ ਦੀ ਸੇਧ ਹੋ ਜਾਂਦੀ ਆ। ਸੋ ਇਹ ਨਹੀਂ ਕਹਿਣਾ ਹੈਗਾ ਕਿ ਹਾਂ ਵੀ ਸੱਜੀ ਅੱਖ 'ਤੇ ਲੜ ਮੋੜਨੇ ਆ, ਪਹਿਲਾ ਲੜ ਸੱਜੀ 'ਤੇ ਮੁੜੂਗਾ, ਜਿਵੇਂ ਜਿਵੇਂ ਆਪਣੇ ਲੜ ਵਧੀ ਜਾਣੇ ਅੱਗੇ ਅਤੇ ਆਪਣਾ ਜਿਹੜਾ ਉਹ ਮੋੜਨ ਵਾਲਾ ਪਾਰਟ ਆ ਉਹ ਵੀ ਅੱਗੇ ਅੱਗੇ ਆਈ ਜਾਊਗਾ, ਠੀਕ ਹੈ ਜੀ। ਅਗਰ ਆਪਾਂ ਸੱਜੀ ਅੱਖ 'ਤੇ ਸਾਰੇ ਲੜ ਮੋੜ ਦਾਂਗੇ ਤਾਂ ਆਪਣੀ ਜਿਹੜੀ ਨੋਕ ਆ ਨੱਕ ਦੀ ਸੇਧ ਨਹੀਂ ਆਉਣੀ, ਅਗਰ ਆਪਾਂ ਉਹਨੂੰ ਘੁਮਾ ਕੇ ਵੀ ਅੱਖਾਂ ਤੋਂ ਜਾਂ ਪੂਰੀ ਪੱਗ ਘੁਮਾ ਕੇ ਵੀ ਸਹੀ ਕਰਾਂਗੇ ਤਾਂ ਵੀ ਜਿਹੜੀ ਉਹ ਸਹੀ ਨਹੀਂ ਹੋਣੀ। ਕੁਝ ਹੱਦ ਤੱਕ ਆਈਬ੍ਰੋ ਤੋਂ ਪੱਗ ਸਹੀ ਹੋ ਜੇ, ਬਰਾਬਰ ਹੋ ਜੇ, ਬਟ ਜਿੱਥੇ ਵੀ ਸ਼ੇਪ 50 ਦੀ ਬਣਦੀ ਆ ਉਹ ਨੱਕ ਦੀ ਸੇਧ ਨਹੀਂ ਆਉਣੀ। ਸੋ ਇਹ ਵੀ ਚੀਜ਼ ਦਾ ਧਿਆਨ ਰੱਖਿਓ, ਇੱਕ ਜਿਹੜਾ ਆਪਾਂ ਲੜ ਮੋੜ ਕੇ ਲਾਉਣਾ ਸੱਜੀ ਅੱਖ 'ਤੇ, ਅਗਲਾ ਉਹ ਤੋਂ ਅੱਗੇ ਉਹ ਤੋਂ ਅੱਗੇ, ਅਤੇ 6ਵਾਂ ਜਾਂ 5ਵਾਂ ਜਿੰਨੇ ਤੁਸੀਂ ਬੰਨਣੀ, ਅਗਰ 5 ਵਾਲੀ ਬੰਨਦੇ ਹੋ ਤਾਂ 5ਵਾਂ ਐਟੋਮੈਟਿਕਲੀ ਜਿਹੜਾ ਅੱਗੇ ਆ ਜਾਣਾ, ਜੇ 6 ਵਾਲੀ ਬੰਨਦੇ ਹੋ ਤਾਂ 6ਵਾਂ ਪੇਚ ਅੱਗੇ ਆਉਣਾ। ਸੋ ਇਹ ਜਿਹੜੇ ਵਲ ਨੇ ਇੰਨੇ ਵੀ ਜ਼ਿਆਦਾ ਮੈਂ ਸੰਘਣੇ ਨਹੀਂ ਪਾਏ, ਬਟ ਇੱਕ ਤਰੀਕਾ ਦੱਸਤਾ ਵੀ ਇਹ ਐਵੇਂ ਐਵੇਂ ਕਰਕੇ ਆਪਾਂ ਹੋਰ ਸੰਘਣੇ, ਇਹ ਜਿੰਨੇ ਹੋਰ ਜ਼ਿਆਦਾ ਸੰਘਣੇ ਬਣਾਉਣੇ ਆਪਾਂ ਨੂੰ ਹੋਰ ਜ਼ਿਆਦਾ ਜਿਹੜੇ ਆਪਾਂ ਉਹਦੇ ਵਿੱਚੋਂ ਲੜ ਕੱਢ ਕੇ ਹੈ ਨਾ ਪੇਜ 'ਚ ਟਾਈਪ ਉਹਨਾਂ ਨੂੰ ਬਣਾ ਕੇ ਆਪਾਂ ਕਰ ਸਕਦੇ ਹਾਂ, ਉਨਾ ਹੀ ਸਮਾਂ ਜ਼ਿਆਦਾ ਲੱਗੂਗਾ। ਫਿਰ ਅਗਲਾ ਲੜ ਜਿਹੜਾ ਆਪਾਂ ਲਾਉਣਾ, ਸੋ ਬਾਕੀ ਤਾਂ ਆਪਣੇ ਸਾਰੇ ਲੜ ਲੱਗ ਗਏ, ਹੁਣ ਇਹ ਜਿਹੜਾ ਆਪਣਾ 6ਵਾਂ ਪੇਜ ਆ ਇਹਨੂੰ ਆਪਾਂ ਸਾਫ਼ ਲਾ ਲੈਣਾ। ਸੋ ਇਹਨੂੰ ਵੀ ਤੁਸੀਂ ਵਲ ਪਾ ਕੇ ਲਾ ਸਕਦੇ ਹੋ, ਵੈਸੇ ਚੁਆਇਸ ਆ, ਬਾਈ ਇਹਨੂੰ ਆਪਾਂ ਸਾਫ਼ ਲਾਵਾਂਗੇ, ਕਿਉਂਕਿ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਚੀਜ਼ ਦੱਸਦਾ, ਜਿਹੜੇ ਵੀਰ ਹਜੇ ਨਿਊ ਸਟਾਰਟਿੰਗ ਕਰ ਰਹੇ ਨੇ ਹੈ ਨਾ, ਉਹ ਅਗਰ ਉਹ ਥੱਲੇ ਵਾਲੇ 5 ਲੜ ਮਤਲਬ ਬਿਨਾਂ ਕਿਸੇ ਪ੍ਰੋਪਰ ਸ਼ੇਪ ਤੋਂ ਬਿਨਾਂ ਨਹੀਂ ਉਹਨਾਂ ਨੂੰ ਮੋੜਨੇ ਆਉਂਦੇ, ਇਸ ਤਰੀਕੇ ਨਾਲ ਲਾ ਵੀ ਦੇਣਗੇ, ਥੱਲੇ ਜਿਹੜਾ ਬੇਸ ਆ ਉਹਨੇ ਆਪਣੀ ਇੱਕ ਪੱਗ ਨੂੰ ਸ਼ੇਪ ਤਾਂ ਦੇ ਹੀ ਦੇਣੀ ਆ, ਬਟ ਇੱਕ ਜਿਹੜੀ ਫਰੰਟ ਤੋਂ ਲੁੱਕ ਆਉਣੀ ਆ ਪੱਗ ਦੀ ਉਹ ਇਹ ਵਾਲੇ ਲੜ ਨੇ ਦੇ ਦੇਣੀ ਆ। ਸੋ ਇਹਨੂੰ ਆਪਾਂ ਸਾਫ਼ ਇਸ ਕਰਕੇ ਲਾਇਆ, ਜਦੋਂ ਆਪਾਂ ਇਹਨੂੰ ਸਾਫ਼ ਕਰਕੇ ਲਾਵਾਂਗੇ, ਥੱਲੇ ਜਿੰਨੇ ਲੜ ਜਿਨ੍ਹਾਂ ਨੇ ਆਪਾਂ ਨੂੰ ਪੱਗ ਨੂੰ ਫਰੰਟ ਲੁੱਕ ਦੇਣੀ ਆ, ਟੌਰ ਬਣਾਉਣੀ ਆ ਪੱਗ ਦੀ, ਉਹ ਅਗਰ ਕੋਈ ਲੜ ਆਪਣਾ ਖਰਾਬ ਵੀ ਲੱਗਿਆ ਹੋਊਗਾ ਜਾਂ ਸਹੀ ਨਹੀਂ ਲੱਗਿਆ ਹੋਣਾ ਜਾਂ ਉਹ 'ਚ ਵਲ ਹੋਣਗੇ, ਤਾਂ ਇਹ ਵਾਲੇ ਲੜ ਨੇ ਉਹਨਾਂ ਨੂੰ ਕਵਰ ਕਰ ਲੈਣਾ, ਠੀਕ ਹੈ ਜੀ। ਇਹ ਵਾਲੇ ਲੜ ਨੂੰ ਤਾਂ ਕਰਕੇ ਆਪਾਂ ਸਾਫ਼ ਲਾਇਆ, ਅਦਰਵਾਈਜ਼ ਅਗਰ ਤੁਸੀਂ ਪਰਫੈਕਟ ਸ਼ੇਪ ਵਧੀਆ ਆ ਜਾਂਦੀ ਆ ਤਾਂ ਤੁਸੀਂ ਇਹਦੇ ਵਿੱਚ ਵੀ ਵਲ ਪਾ ਕੇ ਲੜ ਨੂੰ ਲਾ ਸਕਦੇ ਹੋ। ਫਿਰ ਕੀ ਆ ਕਿ ਜਿਵੇਂ ਇੱਥੇ ਤੱਕ 5 ਲੜਾਂ ਤੱਕ ਸ਼ੇਪ ਆਈ ਆ ਪੱਗ ਦੀ, ਅਤੇ 6ਵੇਂ ਲੜ ਦੇ ਵਿੱਚ ਵੀ ਵਲ ਪੈ ਕੇ ਸ਼ੇਪ ਆ ਜਿਹੜੀ ਹੋਰ ਉੱਪਰ ਵੱਲ ਨੂੰ ਚਲੀ ਜਾਊਗੀ।
ਅਤੇ ਲਾਸਟ ਲੜ ਲਾਉਣ ਤੋਂ ਪਹਿਲਾਂ ਆਪਾਂ ਪੱਗ ਦੀ ਸ਼ੇਪ ਦੀ ਸੈਟਿੰਗ ਕਰ ਲੈਣੀ ਆ, ਜਿਵੇਂ ਉੱਪਰਲੇ ਲੜ ਹੋ ਗਏ ਉਹਨਾਂ ਨੂੰ ਦੱਬ ਲਿਆ ਸਾਈਡ ਤੋਂ, ਜਿਹੜਾ ਆਪਾਂ ਛੇਵਾਂ ਪੇਚ ਲਾਇਆ ਉੱਪਰ ਉਹਨੂੰ ਦੱਬ ਘੁੱਟ ਕੇ ਜਿੱਥੋਂ ਕਿਤੇ ਢਿੱਲਾ ਉਹ ਸਹੀ ਕਰ ਲਿਆ। ਅਤੇ ਹੁਣ ਜਿਹੜਾ ਆਪਣਾ ਲਾਸਟ ਲੜ ਹੋਊਗਾ ਇਹਨੂੰ ਆਪਾਂ ਦੋ ਤਰੀਕਿਆਂ ਨਾਲ ਲਾਵਾਂਗੇ। ਸੋ ਇੱਕ ਤਾਂ ਜਿਹੜਾ ਥੰਬਨੇਲ 'ਤੇ ਬਣਿਆ ਹੀ ਹੋਇਆ ਸੀਗਾ ਮੋੜ ਕੇ, ਇੱਕ ਉਹ ਤਰੀਕਾ, ਇੱਕ ਸਿੰਪਲ। ਸੋ ਸਿੰਪਲ, ਜਦੋਂ ਲੜ ਨੂੰ ਲੈ ਕੇ ਆਉਣਾ ਦੋਨਾਂ ਸਾਈਡਾਂ ਤੋਂ ਅੰਦਰ ਨੂੰ ਫੋਲਡ ਕਰਨਾ, ਫੋਲਡ ਕਰਕੇ ਲੜ ਦੇ ਵਿੱਚ ਪ੍ਰੋਪਰ ਸਫਾਈ ਆਊਗੀ, ਸਾਫ਼ ਕਰਨਾ ਲੜ ਸੌਖਾ ਹੋ ਜਾਂਦਾ। ਦੇਖੋ ਜਦੋਂ ਲੜ ਪੂਰਾ ਸਾਫ਼ ਹੋ ਗਿਆ ਫਿਰ ਉਸ ਤੋਂ ਬਾਅਦ ਕੀ ਕਰਨਾ, ਸੈਂਟਰ ਦੇ ਵਿੱਚ ਜਿੱਥੇ ਆਪਾਂ ਪੱਗ ਪਿੰਨ ਲਾਇਆ ਹੋਇਆ ਸੀਗਾ ਉਹਦੇ ਬਿਲਕੁਲ ਥੱਲੇ ਲੜ ਨੂੰ ਲੈ ਜਾਣਾ। ਸੋ ਇਹ ਚੀਜ਼, ਇਹ ਸਟੈਪ ਧਿਆਨ ਨਾਲ ਦੇਖਿਓ, ਬਹੁਤ ਵੀਰਾਂ ਨੂੰ ਜਿਹੜਾ ਕਿ ਆਉਂਦੀ ਆ ਕਿ ਵੀ ਨਹੀਂ ਸਹੀ ਲਾ ਪਾਉਂਦੇ ਕਲਗੀ ਵਾਲਾ ਲੜ, ਸੋ ਉਹ ਜਿਹੜਾ ਆਪਣਾ ਚੜਾਈ ਆ ਲਾਸਟ ਲੜ ਦੀ ਉਹ ਬਿਲਕੁਲ ਘਟਾ ਕੇ ਪੱਗ ਪਿੰਨ ਦੇ ਥੱਲੇ ਲਿਆਉਣੀ ਆ। ਇੱਕ ਉਂਗਲੀ ਆਪਣੇ ਪੱਗ ਪਿੰਨ ਦੇ ਰੱਖਣੀ ਆ ਥੋੜ੍ਹੀ ਜਿਹੀ, ਜਾਂ ਅੰਗੂਠੇ ਨਾਲ ਫੜ ਸਕਦੇ ਹੋ ਵੀ ਆਪਣਾ ਜਦੋਂ ਲੜ ਘੁਮਾਈਏ ਆਪਣਾ ਪੱਗ ਪਿੰਨ ਹਿੱਲੇ ਨਾ, ਫਿਰ ਉਹਦੇ ਥੱਲੇ ਲਿਆ ਕੇ ਜਦੋਂ ਲੜ ਆਪਣਾ ਇਕੱਠਾ ਹੋ ਗਿਆ ਉਂਗਲੀ ਦੇ ਅੰਗੂਠੇ ਨਾਲ ਲੜ ਨੂੰ ਘੁਮਾ ਦੇਣਾ ਨਾ ਸਿੰਪਲ। ਫਿਰ ਜਿਹੜਾ ਆਪਣਾ ਲੜ ਆ ਕਲਗੀ ਵਾਲਾ ਅਤੇ ਉਹਨੂੰ ਆਪਾਂ ਲਾ ਦੇਣਾ ਹੈਗਾ। ਸੋ ਇਹ ਤਰੀਕਾ ਇੱਕ ਇਹ ਆ ਜਿਹੜਾ ਆਮ ਆਪਾਂ ਪੱਗ ਦੇ ਵਿੱਚ ਲੜ ਮੋੜ ਕੇ ਲਾਉਂਦੇ ਹੁੰਦੇ ਹਾਂ। ਦੂਸਰਾ ਤਰੀਕਾ ਜਿਹੜਾ ਥੋੜ੍ਹਾ ਜਿਹਾ, ਜਿਹੜਾ ਆਪਣਾ ਲੜ ਆਪਾਂ ਬਟਾ ਪਾ ਕੇ ਘੁਮਾ ਕੇ ਲਾਉਂਦੇ ਹਾਂ ਉਹ ਪਾਰਟ ਜਿਹੜਾ ਆਪਣਾ ਅੱਗੇ ਆਊਗਾ। ਸੋ ਇੱਕ ਆਹ ਚੀਜ਼ ਦੇਖਿਓ, ਬਾਜ ਦੇ ਨਾਲ ਥੱਲੇ ਵਾਲਾ ਲੜ ਆਪਣਾ ਦਿਖ ਰਿਹਾ ਸੀ, ਮੈਂ ਉਹ ਅੰਦਰ ਕੀਤਾ। ਸੋ ਸਾਈਡ ਤੋਂ ਜ਼ਰੂਰ ਦੇਖਿਆ ਕਰੋ, ਕਈ ਵਾਰ ਕੀ ਹੁੰਦਾ ਕੋਈ ਲੜ ਆਪਣਾ ਸਾਈਡ ਤੋਂ ਦਿਖਦਾ ਹੁੰਦਾ ਅਤੇ ਉਹਨੂੰ ਤੁਸੀਂ ਬਾਜ ਦੇ ਨਾਲ ਦੱਬ ਕੇ ਅੰਦਰ ਕਵਰ ਕਰ ਲੈਣਾ ਕਿ ਸਾਈਡ ਤੋਂ ਅਗਰ ਪੱਗ ਦੀ ਕੋਈ ਲੁੱਕ ਦੇਖੇ ਤਾਂ ਥੱਲਿਓਂ ਲੜ ਨਾ ਦਿਖੇ। ਅਤੇ ਫਿਰ ਆਪਾਂ ਲੜ ਲਾ ਕੇ ਆਪਣਾ ਸਿਰ ਕਵਰ ਕਰ ਲੈਣਾ। ਸਿਰ ਕਵਰ ਕਰਨ ਵਾਲਾ ਉਹੀ ਜਿਹੜਾ ਆਪਾਂ ਪਹਿਲਾਂ ਲੜ ਲਾਇਆ ਸੀਗਾ ਉਹਨੂੰ ਖਿੱਚ ਕੇ ਸਿਰ ਦੇ ਉੱਪਰ ਚੰਗੀ ਤਰ੍ਹਾਂ ਵਿਛਾ ਕੇ ਆਲੇ ਦੁਆਲੇ ਜਿਹੜਾ ਸਿਰ ਕਵਰ ਕਰ ਦੇਣਾ। ਅਤੇ ਮੂੰਹ ਵਾਲਾ ਲੜਾ ਉਹ ਚੰਗੀ ਤਰ੍ਹਾਂ ਖਿੱਚਣਾ, ਪੱਗ ਟਾਈਟ ਹੋਊਗੀ ਨਾਲੇ ਉੱਪਰ ਜਿਹੜਾ ਕੱਪੜਾ ਖੋਲਿਆ ਉਹ ਵੀ ਟਾਈਟ ਹੋਊਗਾ, ਇਨ ਕੇਸ ਕਈ ਵਾਰ ਕੀ ਹੁੰਦਾ ਵਾਲ ਉੱਪਰ ਉੱਠ ਖੜਦਾ, ਬੇਸ ਉੱਪਰ ਉੱਠ ਖੜਦਾ, ਸੋ ਉਹ ਵੀ ਜਿਹੜਾ ਕੱਪੜਾ ਆਪਣਾ ਦੱਬਿਆ ਜਾਂਦਾ। ਅਤੇ ਹੁਣ ਆਉਂਦਾ ਜਿਹੜਾ ਲੜਾ ਆਪਾਂ ਦੂਸਰੇ ਨੰਬਰ 'ਤੇ ਲਾਉਣਾ, ਇਹ ਦੂਸਰਾ ਤਰੀਕਾ। ਜਿਹੜੇ ਵੀਰ ਨੂੰ, ਕਿਸੇ ਵੀਰ ਨੂੰ ਇਹ ਤਰੀਕਾ ਵਧੀਆ ਲੱਗਿਆ ਤਾਂ ਇਹ ਲਾ ਸਕਦੇ ਹੋ। ਇਹ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਆਪਾਂ, ਉਹ ਆਪਣੀ ਪੰਜ ਲੜ ਦੇ ਵਿੱਚ ਸੀਗੀ, ਇਹ ਵਾਲੇ ਲੜ ਦੀ ਇਸ ਤਰੀਕੇ ਨਾਲ ਮੋੜ ਕੇ। ਅਤੇ ਇਹਦੇ ਵਿੱਚ ਆਪਾਂ ਜਿਵੇਂ ਪਹਿਲੇ ਲੜ 'ਚ ਸਫਾਈ ਕੀਤੀ ਸੀ, ਇਹਦੇ ਵਿੱਚ ਆਪਾਂ ਵਲ ਪਾ ਲੈਣੇ ਨੇ। ਵਲ ਪਾਉਣ ਦਾ ਤਰੀਕਾ ਤਾਂ ਕੋਈ ਇਹਦੇ ਵਿੱਚ ਔਖਾ ਨਹੀਂ ਹੈਗਾ, ਉਹੀ ਜਿਵੇਂ ਆਪਾਂ ਸਾਫ਼ ਪੇਚ ਹੁੰਦਾ ਉਸ ਲੜਾਂ ਨੂੰ ਖਿੱਚ ਖਿੱਚ ਕੇ ਇਕੱਠੇ ਕਰਕੇ ਉਹ 'ਚ ਵਲ ਪਾ ਲੈਣਾ। ਜਿੱਥੇ ਦੇਖੋ ਪੱਗ ਪਿੰਨ ਲਾਇਆ ਸੀ ਉੱਥੋਂ ਬਟਾ ਬਣਾ ਸਟਾਰਟ ਕੀਤਾ ਅਤੇ ਉਸ ਤੋਂ ਅੱਗੇ ਜਿੰਨਾ ਆਪਣਾ ਲੜ ਹੈਗਾ ਉਹ 'ਚ ਬਟਾ ਪਾ ਕੇ ਲੜ ਲਾ ਦੇਣਾ। ਕੋਈ ਵੀ ਵਧੀਆ ਲੱਗਦਾ ਲੜ ਇੱਦਾਂ ਲਾਇਆ ਹੋਇਆ। ਦੂਸਰਾ, ਜਦੋਂ ਇਹਦੇ ਵਿੱਚ ਵਲ ਪੈ ਜਾਂਦਾ, ਬਟਾ ਪੈ ਜਾਂਦਾ, ਟਾਈਟ ਬਹੁਤ ਹੋ ਜਾਂਦਾ ਲੜ ਇਹ। ਸੋ ਇਹ ਦੂਸਰਾ ਤਰੀਕਾ, ਉੱਪਰ ਪੱਗ ਪਿੰਨ ਲਾ ਕੇ ਲੜ ਖੜਾ ਲੈਣਾ। ਅਤੇ ਇਹ ਸੀਗੀ ਜੀ ਅੱਜ ਦੀ ਵੀਡੀਓ, ਕਿਵੇਂ ਲੱਗੀ ਤਾਂ ਵਧੀਆ ਲੱਗੀ, ਅਗਰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਬਹੁਤ ਜਲਦ ਅਗਲੀ ਵੀਡੀਓ ਨਾਲ। ਵਾਹਿਗੁਰੂ ਜੀ ਕਾ ਖਾਲਸਾ,